ਬੁੱਟਾ ਸਿੰਘ ਚੋਹਾਂ ਦਾ ਨਾਵਲ ਪਤਾ ਨਹੀਂ ਸੀਦਾ ਸਤਵਾਂਕ ਅਜੇ ਉਹਨੂੰ ਐਮਏ 'ਚ ਇੱਕ ਸਾਲ ਹੋਇਆ ਸੀ ਗੁਰਜੀਤ ਦੀ ਬਦਲੀ ਜਲੰਧਰ ਦੀ ਹੋ ਗਈ ਔਨਸਾਰ ਉਹਨੇ ਗੁਰਜੀਤ ਨੂੰ ਡਲਹੌਜ਼ੀ ਜਾਣ ਲਈ ਕਿਹਾ ਸੀ ਪਰ ਅਚਨ ਉਹਨਾਂ ਦੇ ਫਰੀਦਕੋਟ ਦੇ ਇੱਕ ਰਿਸ਼ਤੇਦਾਰ ਨੇ ਵਿਪਰੀਤ ਨੂੰ ਉੱਥੇ ਪਛਾਣ ਲਿਆ ਸੀ ਪਰਦਾ ਚਾਕ ਹੋ ਗਿਆ ਸੀ ਰਿਸ਼ਤੇਦਾਰ ਨੇ ਵਿਪਰੀਤ ਇੱਕ ਵਿਆਹ 'ਚ ਵੇਖੀ ਸੀ ਤੇ ਉਹਦੇ ਨੈਣ ਨਕਸ਼ੀ ਅਜੇ ਹੀ ਸੀ ਕੀਕ ਵਾਰ ਵੇਖਣ ਵਾਲੇ ਦੇ ਮਨ ਤੇ ਉੱਤਰ ਜਾਂਦੇ ਸੀ। ਰਿੜਕੇ ਦੁੱਧ ਤੇ ਉਹ ਮੱਖਣ ਦਾ ਭੇੜਾ ਸੀ। ਲੰਬੀ ਧੌਣ ਰੈਂਦੀ ਖੁੰਦੀ ਕਸਰ ਕੱਢ ਦਿੰਦੀ। ਗੱਲਾਂ 'ਚ ਪੈਂਦੇ ਟੋਈ ਵੀ ਕੁੜੀਆਂ ਦੀ ਢੀਡ ਤੋਂ ਬਾਹਰ ਕੱਢਦੇ ਸੀ। ਰਿਸ਼ਤੇਦਾਰ ਨੇ ਉਹਨਾਂ ਨੂੰ ਹਜ਼ਾਰ ਵੇਖਿਆ ਸੀ ਤੇ ਵੇਖ ਅਨਸਾਰ ਲਾਲੀ ਨੂੰ ਫੋਨ ਤੇ ਦੱਸ ਦਿੱਤਾ ਸੀ। ਇੱਕ ਵਾਰ ਤਾਂ ਲਾਲੀ ਸੁਣ ਕੇ ਲਾਲੀ ਦੇ ਪੈਰ ਥੜਕ ਗਏ ਪਰ ਉਹ ਸੰਭਲਿਆ। ਤੁਹਾਨੂੰ ਭੁਲੇਖਾ ਪਿਆ ਹੋਣਾ ਕੋਈ ਹੋਰ ਕੁੜੀ ਹੋਣੀ ਹੈ। ਉਦੇ ਵਰਗੀ ਮੈਂ ਅੱਜ ਚੰਡੀਗੜ੍ਹ ਤੋਂ ਆਉਂਦਾ ਹੋਇਆ ਉਹਨੂੰ ਪਟਿਆਲੇ ਮਿਲ ਕੇ ਆਇਆ। ਅੱਗੋਂ ਰਿਸ਼ਤੇਦਾਰ ਚੁੱਪ ਕਰ ਗਿਆ ਪਰ ਮਨ 'ਚ ਹੱਸਿਆ ਬਹੁਤ। ਲਾਲੀ ਉਸੇ ਵੇਲੇ ਦਲਹੌਜ਼ੀ ਨੂੰ ਚੱਲ ਪਿਆ ਸੀ। ਜਾਂਦੇ-ਜਾਂਦੇ ਨੂੰ ਉਹਨੂੰ ਰਹਿ ਰਹਿ ਕੇ ਗੁੱਸਾ ਆ ਰਿਹਾ ਸੀ ਕਿਉਂ ਸਾਨੂੰ ਮੂਰਖ ਬਣਾਉਣ ਲਈ ਮੇਰੇ ਤੇ ਆਪਣੀ ਮੰਮੀ ਦੇ ਪਸੰਦ ਦੇ ਕੱਪੜੇ ਲੈਂਦੀ ਸੀ ਤੇ ਪਿੰਡ ਆ ਕੇ ਵੀ ਉਹਦੇ ਆਏ ਤੋਂ ਬਿਨਾਂ ਰੋਟੀ ਨਹੀਂ ਖਾਂਦੀ। ਉਹਦੇ ਆਏ ਤੋਂ ਉਹ ਆਥਣੇ ਦਿਨ ਛਿਪਣ ਤੋਂ ਪਹਿਲੇ ਘਰ ਆ ਜਾਂਦਾ ਸੀ। ਪਿੰਡ ਦੇ ਡੇਰੇ 'ਚ ਵੀ ਉਹ ਮਾਂ ਨਾਲ ਜਾਂਦੀ ਸੀ। લાલી سوچਦਾ ਜਾ ਰਿਹਾ ਸੀ ਕਿ ਇਹ ਕੀ ਕੱਢ ਮਾਰਿਆ ਉਹਨੇ ਹੁਣ ਤੱਕ ਬੁੱਕਲ ਚ ਪਲਦੇ ਸੱਪ ਦਾ ਉਹਨੂੰ ਪਹਿਲਾਂ ਪਤਾ ਕਿਉਂ ਨਾ ਲੱਗਿਆ ਮੈਂ ਉਹਨੂੰ ਮੁੰਡਿਆਰਗੀ ਸਮਝਦਾ ਸੀ ਕਦੇ ਕਿਸੇ ਕਿਸਮ ਦਾ ਸ਼ੱਕ ਨਹੀਂ ਸੀ ਕੀਤਾ ਉਹਨੂੰ ਬੁਲਾਉਣ ਵੇਲੇ ਵੀ ਉਹ ਵਿਪਰੀਤ ਦੀ ਥਾਂ ਉਹ ਇਹ ਵਿਪਰੀਤੇ کہہ ਕੇ ਬੁਲਾਉਂਦਾ ਸੀ ਪਰ ਇਹ ਕੀ ਕਮਲ ਕੱਟਿਆ ਉਹਨੇ ਉਹਨੇ ਮਨ ਚ ਉਹਦੇ ਮਨ ਚ ਬਾਰ ਬਾਰ ਗੁੱਸਾ ਆ ਰਿਹਾ ਸੀ ਰਾਤ ਨੂੰ ਉਹ ਦਲਹੌਜ਼ੀ ਪਹੁੰਚਿਆ ਆਪ ਰਹਿਣ ਦੇ ਬਹਾਨੇ ਉਹਨੇ ਕਈ ਹੋਟਲ ਵੇਖੇ ਪਰ ਉਹ ਨਹੀਂ ਮਿਲੇ ਅਗਲੇ ਦਿਨ ਉਹ ਤੜਕੇ ਜਲੰਧਰ ਨੂੰ ਚੱਲ ਪਏ ਸੀ ਦੂਜੇ ਦਿਨ ਦੁਪਹਿਰੇ ਲਾਲੀ ਪਟਿਆਲੇ ਆਇਆ ਹੁਣ ਸਾਰੋਂ ਨੇ ਵਿਪਰੀਤ ਨੂੰ ਪਿੰਡ ਜਾਣ ਲਈ ਕਿਹਾ ਉਹਦੇ ਚਿਹਰੇ ਦਾ ਰੰਗ ਉੱਡਿਆ ਹੋਇਆ ਸੀ ਡੈਡੀ ਦੀ ਕਬਰਾਟ ਵੇਖ ਕੇ ਉਹ ਘਬਰਾ ਗਈ ਸੀ ਕਿ ਕੋਈ ਨਾ ਕੋਈ ਗੱਲ ਜ਼ਰੂਰ ਹੈ ਉਹਨੇ ਸੋਚਿਆ ਕਿ ਸ਼ਾਇਦ ਉਹਦੇ ਬਾਰੇ ਪਤਾ ਲੱਗ ਗਿਆ ਰਾਹ 'ਚ ਆਉਣ ਵੇਲੇ ਉਹਦੇ ਡੈਡੀ ਨੇ ਕਿਸੇ ਵੀ ਟਾਬੇ ਤੇ ਪਹਿਲਾਂ ਵਾਂਗ ਚਾਹ ਪਾਣੀ ਚਾਹ ਪਾਣੀ ਪੀਣ ਲਈ ਗੱਡੀ ਨਹੀਂ ਸੀ ਰੋਕੀ ਨਾ ਹੀ ਕੋਈ ਗੱਲ ਕੀਤੀ ਪੜਾਈ ਬਾਰੇ ਵੀ ਪਹਿਲਾਂ ਵਾਂਗ ਕੁਝ ਨਹੀਂ ਸੀ ਪੁੱਛਿਆ ਉਦੇ ਨਾਲ ਵੀ ਕੋਈ ਨਹੀਂ ਸੀ ਪਹਿਲਾਂ 2 2 3 3 ਬੰਦੇ ਨਾਲ ਹੁੰਦੇ ਸੀ ਕਾਰ ਵੀ ਉਹ ਆਪ ਚਲਾ ਕੇ ਆਇਆ ਸੀ ਪਿਛਲੀ ਸੀਟ ਤੇ ਨੀਵੀਂ ਪਾਈ ਬੈਠੀ ਉਹ ਸੋਚ ਰਹੀ ਸੀ ਕਿ ਅੱਜ ਉਹਦੀ ਖੈਰ ਨਹੀਂ ਉਹ ਪਛਤਾ ਰਹੀ ਸੀ ਕਿ ਕਾਹ ਨੂੰ ਜਾਣਾ ਸੀ ਉਹਨੇ ਗੁਰਜੀਤ ਨਾਲ ਕਦੇ-ਕਦੇ ਮਨ 'ਚ ਇਹ ਵੀ ਗੱਲ ਆਉਂਦੀ ਕਿ ਉਹਦੇ ਡੈਡੀ ਨੂੰ ਉਹਦੇ ਬਾਰੇ ਦੱਸਿਆ ਤਾਂ ਕਿਹਨੇ ਦੱਸਿਆ ਕੌਣ ਹੋਇਆ ਉਹਨੂੰ ਡਾਕਟਰ ਸ਼ਰਦਾ ਤੇ ਸ਼ੱਕ ਹੋਇਆ ਪਿਛਲੇ ਦਿਨਾਂ 'ਚ ਦੋ ਵਾਰ ਉਹਦਾ ਫੋਨ ਆਇਆ ਸੀ ਉਹ ਕਲਾਸਰੂਮ ਚ ਸੀ ਫੋਨ ਉਹ ਤੋਂ اٹੈਂਡ ਨਹੀਂ ਸੀ ਹੋਇਆ ਮੋੜਵਾ ਫੋਨ ਕਰਨਾ ਭੁੱਲ ਗਈ ਸੀ ਸੋਚਿਆ ਸ਼ਾਇਦ ਉਹਨੇ ਗੁੱਸਾ ਕਰਕੇ ਉਹਦੇ ਪਿਓ ਨੂੰ ਫੋਨ ਕਰਕੇ ਸਭ ਕੁਝ ਦੱਸ ਦਿੱਤਾ ਹੋਵੇ ਪਰ ਫਿਰ ਸੋਚਿਆ ਡਾਕਟਰ ਸ਼ਰਦਾ ਕੋਲ ਉਹਦੇ ਡੈਡੀ ਦਾ ਫੋਨ ਹੀ ਨਹੀਂ ਹੈ ਉਹਨੇ ਮੰਨ ਨਹੀਂ ਨਹੀਂ ਕਿਹਾ ਤੇ ਫਿਰ ਖੋਜਣ ਲੱਗ ਪਈ ਕਿ ਉਹਦੇ ਡੈਡੀ ਨੂੰ ਦੱਸਿਆ ਹੈ ਤਾਂ ਕਿਨੇ ਦੱਸਿਆ ਉਹਨੂੰ ਆਪਣੇ ਨਾਲ ਰਹਿ ਕੇ ਕੁੜੀ ਤੇ ਵੀ ਸ਼ੱਕ ਹੋਇਆ ਪਰ ਉਹ ਬੀਏ ਕਰਨ ਪਿੱਛੋਂ ਵਿਆਹੀ ਗਈ ਸੀ ਤੇ ਨਾਲੇ ਉਹਨੂੰ ਕੀ ਪਤਾ ਕਿ ਮੈਂ ਗੁਰਜੀਤ ਨਾਲ ਟਲਹੋਜੀ ਆਈ ਹੋਈ ਹਾਂ ਉਹ ਕੁੜੀ ਹੁਣ ਉਹਦੇ ਸੰਪਰਕ 'ਚ ਨਹੀਂ ਸੀ। ਸੋਚਾਂ ਦੇ ਘੋੜੇ ਉਹਨੇ ਹੋਰ ਵੀ ਕਈ ਪਾਸੇ ਦੌੜਾਏ ਪਰ ਮਨ ਦੀ ਡਿੱਕਡੋਲੇ ਖਾਂਦੀ ਕਿਸੇ ਕਿਨਾਰੇ ਵੀ ਨਾ ਲੱਗ ਸਕੇ। ਘਰ ਆ ਕੇ ਲਾਲੀ ਨੇ ਗੁੱਸੇ ਹੋਣ ਦੀ ਬਜਾਏ ਜ਼ਬਤ ਰੱਖਿਆ ਤੇ ਆਪਣੀ ਘਰਵਾਲੀ ਨੂੰ ਕਿਹਾ ਕਿ ਉਹ ਤੋਂ ਪੁੱਛ ਕੇ ਦੱਸੇ ਕਿ ਉਹਦੇ ਨਾਲ ਗਿਆ ਮੁੰਡਾ ਕੌਣ ਸੀ, ਕਿੱਥੋਂ ਦਾ ਸੀ। ਜਦੋਂ ਨੇ ਗੁਰਜੀਤ ਦਾ ਨਾਮ ਲਿਆ ਤਾਂ ਉਹਦਾ ਪਿਓ ਅੱਗ ਭੁhookਾ ਹੋ ਗਿਆ। ਉਹ ਵਿਪਰੀਧੀਤੀ ਵਾਲੀ ਆਪਣਾਤ ਭੁੱਲ ਗਿਆ ਅੱਖਾਂ 'ਚੋਂ ਅੰਗਿਆਰ ਡਿੱਗਣ ਲੱਗ ਪਏ। ਉਨੇ ਚਾਰ ਪੰਜ ਥੱਪੜ ਅੰਦਰਲੇ ਕਮਰੇ ਚ ਲਾ ਜਾ ਕੇ ਉਹਦੇ ਮੂੰਹ ਤੇ ਮਾਰੇ। ਦਿਲ ਕਰਦਾ ਸੀ ਕਿ ਗੋਲੀ ਮਾਰ ਦੇਵੇ। ਜਦੋਂ ਗੁੱਸਾ ਕੱਢ ਹਟਿਆ ਆਉਣ ਵਾਲੇ ਸਮੇਂ ਚ ਉਸ ਨਾਲ ਕੋਈ ਵੀ ਵਾਸਤਾ ਨਾ ਰੱਖਣ ਬਾਰੇ ਕਹਿ ਕੇ ਬਾਹਰ ਆ ਗਿਆ। ਇਹ ਵੀ ਕਹਿ ਆਇਆ ਕਿ ਉਹ ਹੁਣ ਆਪਣੀ ਮਾਂ ਦੇ ਸਾਹਮਣੇ ਉਹਨੂੰ ਕਹੇ ਕਿ ਅੱਜ ਤੋਂ ਬਾਅਦ ਉਹਦਾ ਉਹਦੇ ਨਾਲ ਕੋਈ ਵਾਸਤਾ ਨਹੀਂ। ਉਹਨੇ ਇਹ ਵੀ ਕਿਹਾ ਕਿ ਜੇ ਉਹਦੇ ਨਾਲ ਫੇਰ ਵੀ ਆਉਣੀ ਜਾਣੀ ਰੱਖੀ ਤਾਂ ਗੁਰਜੀਤ ਨੂੰ ਵੀ ਮਾਰੇਗਾ ਤੇ ਉਹਨੂੰ ਵੀ। ਵਿਪਰੀਤ ਨੂੰ ਡੈਡੀ ਦੇ ਗੁੱਸੇ ਦਾ ਪਤਾ ਸੀ ਉਹ ਧੋਰੰਦਰ ਤੱਕ ਕੰਬ ਗਈ ਤੇ ਗੁਰਜੀਤ ਨੂੰ ਫੋਨ ਤੇ ਕਹਿ ਦਿੱਤਾ ਕਿ ਹੁਣ ਤੱਕ ਉਹਨਾਂ ਦੀ ਜਿੰਨੀ ਨਿਭ ਗਈ ਹੈ ਠੀਕ ਹੈ ਉਹ ਮੁੜ ਕੇ ਉਹਨੂੰ ਫੋਨ ਨਾ ਕਰੇ ਗੁਰਜੀਤ ਨੂੰ ਅਚਾਨਕੇ ਫੋਨ ਆਇਆ ਸੀ ਵਿਪਰੀਤ ਦੀ ਆਵਾਜ਼ ਕੰਬ ਰਹੀ ਸੀ ਘਬराई ਹੋਈ ਸੀ ਕੰਬਦੀ ਆਵਾਜ਼ ਨਾਲ ਉਹਨੇ 6 ਸਾਲ ਦੀ ਮੁਹੱਬਤ ਦਾ ਪਲਾਂਚੀ ਅੰਤ ਕਰ ਦਿੱਤਾ ਸੀ ਜਿਵੇਂ ਧੂੜ ਦੀ ਭਰੀ ਹੋਈ ਚੁੰਨੀ ਝਾੜੀ ਹੋਵੇ ਵਕਤ ਦੇ ਵਗਦੇ ਪਾਣੀ ਚ ਸਭ ਕੁਝ ਰੁੜ ਗਿਆ ਸੀ ਅਚਾਨਕ ਗੱਲ ਕੀ ਹੋਈ ਉਹ ਸਮਝ ਨਹੀਂ ਸੀ ਸਕਿਆ ਕਦੇ ਉਹਦੇ ਮਨ 'ਚ ਕੋਈ ਗੱਲ ਆਉਂਦੀ ਕਦੇ ਕੋਈ ਉਹ ਸੋਚਣ ਲੱਗਿਆ ਕਿ ਸ਼ਾਇਦ ਉਹਨਾਂ ਦੇ ਘਰੇ ਪਤਾ ਨਾ ਲੱਗਿਆ ਹੋਵੇ ਹੋ ਸਕਦਾ ਪਟਿਆਲੇ ਯੂਨੀਵਰਸਿਟੀ 'ਚ ਉਹਨੂੰ ਕੋਈ ਹੋਰ ਮੁੰਡਾ ਮਿਲ ਗਿਆ ਹੋਵੇ ਉਹਨੇ ਇਹ ਵੀ ਸੋਚਿਆ ਕਿ ਹੋ ਸਕਦਾ ਉਹਦੇ ਡੈਡੀ ਨੇ ਉਸ ਲਈ ਕੋਈ ਬਾਹਰਲਾ ਮੁੰਡਾ ਪਾੜ ਲਿਆ ਹੋਵੇ ਕਈ ਵਾਰ ਲਾਲੀ ਨੇ ਸੋਚਿਆ ਜਦੋਂ ਗੁਰਜੀਤ ਪਿੰਡ ਛੁੱਟੀ ਆਵੇ ਚਾਰ ਪੈਸੇ ਦੇ ਕੇ ਕਿਸੇ ਤੋਂ ਫਸਤਾ ਬੜਵਾ ਦੇਵੇ ਫੇਚੋ ਕਿਹਨੇ ਪੁੱਛਣਾ ਉਹਦੇ ਨੰਗ ਨਾਨਕੇ ਕੀ ਕਰ ਲੈਣਗੇ ਉਹਦਾ ਚਾਰ ਦਿਨ ਆਪੇ ਰੋਤੋ ਕਿ ਚੁੱਪ ਕਰ ਜਾਣਗੇ ਪਰ ਸਿਆਸਤ ਚ ਦਿਨੋ ਦਿਨ ਲੱਗਦੇ ਪੈਰਾਂ ਨੇ ਉਹਨੂੰ ਕੁਝ ਕਹਿਣ ਜਾਂ ਕਰਨ ਜੋਗਾ ਨਹੀਂ ਸੀ ਛੱਡਿਆ ਸਿਆਸਤ ਹੈ ਹੀ ਚੁੱਪ ਰਹਿਣ ਦੀ ਬੋਲਦੇ ਨੂੰ ਸੁਣਨ ਦੀ ਕੋਰਾ ਨਾ ਹੋਣ ਦੀ ਚੁੱਪ ਰਹਿ ਕੇ ਮਨਮਰਜ਼ੀ ਕਰਨ ਦੀ ਪਰ ਹੁਣ ਜਦੋਂ ਗੁਰਜੀਤ ਫੌਜ ਚ ਪਿੰਡ ਆਇਆ ਸੀ ਤੇ ਦਲਬੀਰ ਕਿਆਂ ਨਾਲ ਹਿੱਸੇ ਦਾ ਰੌਲਾ ਪਿਆ ਤਾਂ ਲਾਲੀ ਨੂੰ ਲੱਗ ਰਿਹਾ ਸੀ ਕਿ ਆਪਣੇ ਆਪ ਗੱਲ ਉਹਦੇ ਹੱਥ ਚ ਆ ਗਈ ਹੈ ਇੱਕ ਵਾਰ ਦਲਬੀਰ ਉਸ ਨਾਲ ਪੰਗਾ ਲੈ ਲਵੇ ਤੇ ਗੱਲ ਥਾਣੇ ਲੈ ਜਾਏ ਫਿਰ ਉਹਨੂੰ ਤੁਰੰਤ ਯੋਗਰਾ ਨਹੀਂ ਛੱਡੇਗਾ ਦੱਸ ਦੇਗਾ ਕਿ ਪਿੰਡ ਦੀ ਇੱਜ਼ਤ ਨਾਲ ਕਿਵੇਂ ਖੇਡੀਦਾ ਵੱਡੇ ਘਰਾਂ ਨਾਲ ਕਿਵੇਂ ਪੰਗਾ ਲਈਦਾ ਔਕਾਤ ਚ ਕਿਵੇਂ ਰਹੀਦਾ ਪਰ ਦੋ ਦਿਨ ਲੰਘਣ ਦੇ ਬਾਵਜੂਦ ਦਲਵੀਰ ਦਾ ਕੁਝ ਨਾ ਕਰਨਾ ਉਹਨੂੰ ਬੁਰਾ ਲੱਗ ਰਿਹਾ ਸੀ ਇੱਕ ਵਾਰ ਉਹਨੇ ਸੋਚਿਆ ਕਿ ਉਹ ਦਲਵੀਰ ਨੂੰ ਬੁਲਾ ਕੇ ਫਿਰ ਤਿੱਖਾ ਕਰੇ ਤੇ ਫਿਰ ਸੋਚਿਆ ਉਹਨੇ ਜੋ ਕਰਨਾ ਸੀ ਕਰਤਾ ਅਜੇ ਹੋਰ ਦੋ ਚਾਰ ਦਿਨ ਉਡੀਕਣਾ ਚਾਹੀਦਾ ਹੈ ਕੱਲ੍ਹ ਕੀਤੀ ਪਤਾ ਨਹੀਂ ਦਲਵੀਰ ਉਹਦੇ ਕੀ ਅਰਥ ਕੱਢੇ ਦਲਵੀਰ ਨੂੰ ਹੱਥ ਤੇ ਚੜਾਉਣ ਨਾਲ ਉਹ ਇੰਨਾ ਕਾਮਯਾਬ ਹੋਇਆ ਸੀ ਕਿ ਉਹਦੇ ਪੱਲੇ ਅਜੇ ਤੱਕ ਕੁਝ ਨਹੀਂ ਸੀ ਪੈਣ ਦਿੱਤਾ ਨਾ ਹੀ ਆਉਣ ਵਾਲੇ ਸਮੇਂ 'ਚ ਪੈਣ ਦੇਣਾ ਚਾਹੁੰਦਾ ਸੀ ਉਹ ਚਾਹੁੰਦਾ ਸੀ ਕਿ ਦਲਵੀਰ ਭਾਵੇਂ ਆਪਣੇ ਨਾਲ ਦੇ ਮੁੰਡਿਆਂ ਨੂੰ ਨਾਲ ਲਾ ਕੇ ਉਹਦੀ ਬੇਇਜ਼ਤੀ ਨਾ ਵੀ ਕਰੇ ਇੱਕ ਵਾਰ ਕੋਈ ਨਾ ਕੋਈ ਬਹਾਨਾ ਬਣਾ ਕੇ ਗੱਲ ਥਾਣੇ ਲੈ ਜਾਏ ਤੇ ਉਹ ਦਲਵੀਰ ਤੋਂ ਖਵਾ ਦੇਗਾ ਕਿ ਗੁਰਜੀਤ ਨੇ ਉਹਦੀ ਘਰ ਵਾਲੀ ਨਾਲ ਬੁਰਾ ਕੰਮ ਕਰਨ ਦੀ ਸੋਚੀ ਸੀ ਉਹਦੀ ਮਾਂ ਘਰ ਨਹੀਂ ਸੀ ਬਾਪ ਖੇਤ ਗਿਆ ਹੋਇਆ ਸੀ ਨਾ ਨਾ ਰਹਿੰਦਾ ਹੀ ਡੇਰੇ ਪਰ ਇੱਥੋਂ ਤੱਕ ਜਾਣ ਦੀ ਅਜੇ ਲੋੜ ਨਹੀਂ ਸੀ ਉਹ ਸਮਝਦਾ ਸੀ ਨੰਗ ਭੁੱਖ ਲੜਾਉਣੀ ਕੋਈ ਔਖੀ ਨਹੀਂ ਹੁੰਦੀ ਇੱਕ ਥਾਂ ਇਕੱਠੀ ਕਰਨੀ ਔਖੀ ਹੁੰਦੀ ਹੈ ਅੰਗ 8 ਗੁਰਜੀਤ ਬੇਸੁੱਧ ਹੋਇਆ ਮੋਟਰਸਾਈਕਲ ਚਲਾ ਰਿਹਾ ਸੀ ਉਹਦੀ ਸੁਰਤ ਜ਼ਿੰਦਗੀ 'ਚ ਉਹ ਆਪਰੀਆਂ ਘਟਨਾਵਾਂ ਤੇ ਲੱਗੀ ਹੋਈ ਸੀ ਫੌਜ 'ਚ ਕੋਈ ਸਮਾਂ ਹੁੰਦਾ ਸੀ ਉਹਨੂੰ ਵਿਪਰੀਤ ਤੇ ਗੁੱਸਾ ਹੁੰਦਾ ਸੀ ਉਹਨੇ ਜੋ ਕੀਤੀ ਸੀ ਉਹਦੀ ਉਮੀਦ ਨਹੀਂ ਸੀ ਉਹਨੇ ਆਪ ਕਦੇ ਕੋਈ ਕਮੀ ਨਹੀਂ ਸੀ ਰੱਖੀ ਸਾਹਾਂ 'ਚ ਸਾਹ ਲੈ ਕੇ ਲੋਕ ਇਉਂ ਵੀ ਬਦਲ ਜਾਂਦੇ ਨੇ ਉਹਨੇ ਅੱਖੀਂ ਵੇਖ ਲਿਆ ਸੀ ਤੇ ਉਹਦਾ ਦਰਦ ਵੀ ਪਿੰਡੇ ਤੇ ਹੰਡਾ ਲਿਆ ਸੀ ਉਹਦਾ ਉਹ ਅੰਦਰੋਂ ਟੁੱਟ ਗਿਆ ਸੀ ਤੇ ਦਿਲ ਕੁਝ ਵੀ ਕਰਨ ਨੂੰ ਨਹੀਂ ਸੀ ਕਰਦਾ ਫੌਜ 'ਚ ਤਿੰਨ ਤਿੰਨ ਘੰਟਿਆਂ ਦੇ ਪਹਿਰੇ ਤੇ ਰਹਿੰਦਾ ਸੀ ਪਤਾ ਨਹੀਂ ਸੀ ਲੱਗਦਾ ਸਮਾਂ ਕਦੋਂ ਲੰਘਦਾ ਤੇ ਜ਼ਿੰਦਗੀ 'ਚ ਵਿਪਰੀਤ ਦੇ ਜਾਣ ਪਿੱਛੋਂ ਪਤਾ ਲੱਗਣ ਲੱਗ ਪਿਆ ਸੀ ਕਿ ਸਮਾਂ ਇੰਨਾ ਭਾਰਾ ਵੀ ਹੁੰਦਾ ਹੈ ਉਤਰਨੋਂ ਵੀ ਹਟ ਜਾਂਦਾ ਹੈ ਬੰਦਿਆਂ ਵਾਂਗ ਉਹਦੇ ਗਿੱਟੇ ਨੂੰ ਮੋਚ ਵੀ ਆ ਜਾਂਦੀ ਹੈ ਜ਼ਿੰਦਗੀ ਨੇ ਸ਼ੀਸ਼ੇ ਦਾ ਪੁੱਠਾ ਪਾਸਾ ਵੇਖਾ ਦਿੱਤਾ ਸੀ ਇਸ ਵਿੱਚ ਉਹਨੇ ਪਿੰਡ ਛੁੱਟੀ ਆਉਣਾ ਘੱਟ ਕਰ ਦਿੱਤਾ ਸੀ ਫਿਰ ਵੀ ਉਹ ਕਦੇ ਨਾ ਕਦੇ ਭੁੱਲਿਆ ਪਟਕਾ ਪਟਕੇ ਆ ਹੀ ਜਾਂਦਾ ਸੀ ਤੇ ਹੁਣ ਪਿਛਲੇ 8-9 ਸਾਲਾਂ ਤੋਂ ਉਹਦੀ ਪਿੰਡ ਨਾਲ ਕੋਈ ਸਾਂਝ ਨਹੀਂ ਸੀ ਰਹੀ ਉਹ ਜਦੋਂ ਪਿੰਡ ਆਉਂਦਾ ਸੀ ਮਾਮੇ ਕੇ ਘਰੇ ਕੋਈ ਨਾ ਕੋਈ ਗੱਲ ਵਾਪਰੀ ਹੁੰਦੀ ਜਿਹਦੀਆਂ ਕੰਨੀਆਂ ਪੈਸੇ ਨਾਲ ਜੁੜੀਆਂ ਹੁੰਦੀਆਂ ਪਿਛਲੇ ਸਾਲਾਂ ਚ ਅੰਨੀ ਮੁਹੱਬਤ ਦੇ ਵੇਗ ਚ ਉਹਨੇ ਪੈਸਾ ਪਾਣੀ ਵਾਂਗ ਵਹਾਇਆ ਸੀ ਪਰ ਹੁਣ ਉਹਨਾਂ ਸੰਕੋਚ ਕਰਨ ਲੱਗ ਪਿਆ ਸੀ ਉਸ ਕੋਲ ਪੈਸੇ ਜੁੜਨੇ ਸ਼ੁਰੂ ਹੋ ਗਏ ਸੀ ਜਦੋਂ ਕਦੇ ਮਨ ਚ ਪਿੰਡ ਜਾਣ ਦੀ ਗੱਲ ਆਉਂਦੀ ਉਹਨੂੰ ਲੱਗਦਾ ਵੀ ਉਹ ਜੋੜੇ ਹੋਏ ਪੈਸਿਆਂ ਨੂੰ ਖੋਰਾ ਲਵਾਉਣ ਹੀ ਜਾਏਗਾ ਮੰਮੀ ਦੀ ਆਦਤ ਸੀ ਉਹ ਗੁਰਜੀਤ ਤੋਂ ਪੈਸੇ ਆਪ ਨਹੀਂ ਸੀ ਮੰਗਦੀ ਉਹਦੇ ਨਾਨੇ ਤੋਂ ਮੰਗਵਾਉਂਦੀ ਸੀ ਉਹਨੂੰ ਪਤਾ ਸੀ ਉਹ ਨਾਨੇ ਦੀ ਗੱਲ ਦੀ ਮੋੜਦਾ ਨਾਨਾ ਉਹਦੇ ਲਈ ਸਭ ਕੁਝ ਸੀ ਕਿਹੜਾ ਮੇਲਾ ਸੀ ਜਿਹੜਾ ਛੋਟੇ ਹੁੰਦੇ ਨੂੰ ਨਾਨੇ ਨੇ ਨਹੀਂ ਸੀ ਵਿਖਾਇਆ ਕਿਹੜੀ ਚੀਜ਼ ਸੀ ਜਿਹੜੀ ਨਹੀਂ ਸੀ ਦਿਵਾਈ ਹਾਣਦਿਆਂ ਤੋਂ ਸਾਈਕਲ ਉਹਨੇ ਪਹਿਲਾਂ ਲੈ ਕੇ ਦਿੱਤਾ ਸੀ। ਮੰਮੀ ਨਾਲ ਮਨੁਮਨੀ ਦੂਰ ਹੋਣ ਦਾ ਇੱਕ ਕਾਰਨ ਇਹ ਵੀ ਸੀ ਕਿ 8ਵੀਂ ਤੱਕ ਮੰਮੀ ਦੇ ਵੱਡੇ ਭਾਈ ਦੀ ਕੁੜੀ ਚਿਰਮਲ ਉਹਦੇ ਨਾਲ ਪੜ੍ਹੀ ਸੀ ਤੇ ਉਹ ਘਰ ਦਾ ਕੰਮ ਵੀ ਜਾਣਦੀ ਸੀ, ਪੜ੍ਹਨ 'ਚ ਵੀ ਚੰਗੀ ਸੀ। 9ਵੀਂ 'ਚ ਉਹਦੇ ਨਾਲ ਪੜ੍ਹਨ ਨਹੀਂ ਸੀ ਲਾਈ। ਸਗੋਂ ਪਿੰਡ 'ਚ ਇੱਕ ਬਾਣੀਆਂ ਦੀ ਨੂੰਹ ਕੋਲ ਸਿਲਾਈ ਦਾ ਕੰਮ ਸਿੱਖਣ ਲਾਤੀ ਸੀ। ਸਾਲ ਭਰ 'ਚ ਉਹ ਕੁੜੀਆਂ ਨੂੰ ਸੂਟਾਂ ਤੇ ਹੱਥ ਪਾਉਣ ਲਾ ਦਿੰਦੀ। ਚਿਰਮਲ ਨੇ ਉਹਦੇ ਕੋਲ 2 ਸਾਲ ਲਾਈ ਸੀ। ਦਰজੀਆਂ ਵਾਂਗੂ ਕੰਮ ਨੂੰ ਹੱਥ ਪਾਉਣ ਲੱਗ ਪਈ ਸੀ ਇੱਕ ਵਾਰ ਗੁਰਜੀਤ ਛੁੱਟੀ ਆਇਆ ਉਦੋਂ ਚਿਰਮਲ ਕੰਮ ਸਿੱਖ ਕੇ ਚਲੀ ਗਈ ਸੀ ਮਾਮੇ ਨੂੰ ਕੋਲ ਬਹਾ ਕੇ ਮਾਮੀ ਨੇ ਉਹਦੇ ਨਾਲ ਚਿਰਮਲ ਦਾ ਸਾਖ ਦੀ ਗੱਲ ਤੋਰੀ ਤੇ ਉਹਨੇ ਕਿਹਾ ਮਾਮੀ ਮੈਂ ਹੁਣ ਤੱਕ ਤਾਂ ਉਹਨੂੰ ਭੈਣ ਕਹਿੰਦਾ ਰਿਆਂ ਹੁਣ ਉਹਦੇ ਨਾਲ ਵਿਆਹ ਕਿਵੇਂ ਕਰਵਾ ਲਾਂ ਲੋਕ ਕੀ ਕਹਿਣਗੇ ਲੋਕਾਂ ਨੇ ਸਿੱਧ ਰਿਆ ਕੀ ਕਹਿਣਾ ਹੈ ਉਹੀ ਰਿਆ ਨਾ ਫੌਜੀ ਦਾ ਫੌਜੀ ਆਪਣੇ ਪਿੰਡ ਬੰਨੀ ਨਿਗਾਹ ਮਾਰ ਕਿੰਨੇ ਘਰਾਂ ਚ ਭੂਆ ਪਿਛੇ ਭਤੀਜੀਆਂ ਆਈਆਂ ਨੇ ਲੋਹਾਰਾਂ ਕੇ ਗੱਜਣ ਕੇ ਦੇਖ ਲੈ ਨਾਈਆਂ ਦੇ ਤੋਤੇ ਕੇ ਸਰਪੰਚਾਂ ਦੇ ਸ਼ਰੀਕੇ ਚ ਹੋਰ ਕਿਦੇ ਕਿਦੇ ਦੱਸਾਂ ਤੈਨੂੰ ਨਹੀਂ ਮਾਮੀ ਅੱਡੋਂ ਜਿੱਥੇ ਮਰਜ਼ੀ ਵੇਖ ਲੋ ਮੈਂ ਚਿਰਮਲ ਨਾਲ ਵਿਆਹ ਨਹੀਂ ਕਰਾਉਣਾ ਮੈਂ ਭੈਣ ਕਹਿੰਦਾ ਰਿਆਂ ਉਹਨਾਂ ਗੁਰਜੀਤ ਭੈਣ ਸ਼ਬਦ ਨੂੰ ਹਿੰਡ ਦਾ ਮੂੰਹ ਬਣਾ ਕੇ ਬਚਾ ਕਰ ਰਿਹਾ ਸੀ ਅਸਲ ਚ ਉਹਦੋਂ ਨੂੰ ਯਕੀਨ ਸੀ ਕਿ ਵਿਪਰੀਤ ਉਹਦੇ ਨਾਲ ਵਿਆਹ ਕਰਵਾ ਲਏਗੀ ਉਸੇ ਨੂੰ ਉਹ ਮੁਹੱਬਤ ਕਰਦਾ ਸੀ ਉਹੀ ਉਹਦੀ ਆਖਰੀ ਪਸੰਦ ਸੀ ਉਹੀ ਉਹਦੀ ਮੰਜ਼ਿਲ ਸੀ ਉਹ ਕਿਸੇ ਹੋਰ ਰਾਹ ਪੈਣਾ ਨਹੀਂ ਸੀ ਚਾਹੁੰਦਾ ਜਦੋਂ ਆਪਣੀ ਹਿੰਡ ਤੇ ਅੜਿਆ ਰਿਆ ਮਾਮੀ ਨੇ ਜਿਵੇਂ ਵਾਸਤਾ ਪਾਇਆ ਹੋਵੇ ਤੂੰ ਅਕਲ ਨੂੰ ਹੱਥ ਮਾਰ ਚਿਰਮਲ ਮੇਰੇ ਭਾਈ ਦੀ ਕੁੜੀ ਐ ਤੇਰੀ ਭੈਣ ਕਿਵੇਂ ਲੱਗੀ ਆਨਸਾਰ ਘਰੇ ਖੱਪ ਜੂ ਅੱਡ ਦੀ ਅੱਡ ਦੀ ਨੇ ਖਪਣਾ ਨਹੀਂ ਨਾਲੇ ਜਿਹੜਾ ਕੰਮ ਮੌਕੇ ਸਿਰ ਹੋ ਜੇ ਉਹ ਦਾਹੰਤ ਨਹੀਂ ਹੁੰਦਾ ਉਹਦਾ ਦਿਲ ਕੀਤਾ ਤੇਰੇ ਪਿੱਛੋਂ ਇੱਥੇ ਰਹੀ ਚੱਲੂ ਦਿਲ ਕਰੂ ਪਿੰਡ ਰਹੀ ਚੱਲੂ ਕਪੜੇ ਸਿਉਣ ਦਾ ਹੱਥ ਖੁੱਲ ਗਿਆ ਨਾ ਤੱਕ ਨਾ ਮਾਣੀ ਨੂੰ ਮੈਂ ਤੈਨੂੰ ਕਿਸੇ ਗੱਲੋਂ ਕਦੇ ਜ਼ੋਰ ਨਹੀਂ ਪਾਇਆ ਮੈਂ ਹੱਥ ਬੰਨ੍ਹਦੀ ਆ ਤੇਰੇ ਮੂਰੇ ਨਾ ਭਾਈ ਦੇ ਘਰੇ ਮੇਰੀ ਇੱਜ਼ਤ ਖਰਾਬ ਕਰ ਚਿਰਮਲ ਦੀ ماں ਕਦੇ ਮੇਰੇ ਮੂਰੇ ਬੋਲੀ ਨਹੀਂ ਜੇ ਤੂੰ ਹਾਂ ਨਾ ਕਹੀ ਅੱਖਾਂ ਪਾੜ-ਪਾੜ ਕੇ ਝਾਕਣ ਲੱਗ ਪੂ ਭਾਈ ਦੇ ਘਰੇ ਨੱਕ ਵੱਡਿਆ ਜੋ ਮੇਰਾ ਉੱਥੇ ਆਉਣ ਜਾਣ ਜੋਗਰੀ ਨਹੀਂ ਰਹਿਣੀ ਮੈਂ ਗਾਹਾਂ ਤੇਰੀ ਮਰਜ਼ੀ ਗੁਰਜੀਤ ਕੁਛ ਨਹੀਂ ਸੀ ਬੋਲਿਆ ਬਿਨਾ ਕੁਝ ਕਹੇ ਘਰੋਂ ਤੁਰ ਗਿਆ ਸੀ ਦਿੰਚੇ ਪੇ ਤੱਕ ਬਾਹਰ ਆਤੀ ਆਥਣੀ ਆ ਕੇ ਨਾਨੇ ਵਾਲੇ ਕਮਰੇ ਚ ਪੈ ਗਿਆ। ਇਸ ਪਿੱਛੋਂ ਮੰਮੀ ਦੇ ਨੱਕੋਂ ਬੁੱਲ੍ਹੋਂ ਲਹਿ ਗਿਆ ਸੀ। ਚਿਰਮਲ ਵਿਆਹਤੀ ਸੀ। ਉਹਦੇ ਵਿਆਹ ਪਿੱਛੋਂ ਮੰਮੀ ਦੇ ਮਨ ਚੋਂ ਜਿਉਂਦਾ ਮਰ ਗਿਆ ਸੀ। ਜਦੋਂ ਛੁੱਟੀ ਆਉਂਦਾ ਉਹਦੀ ਰੋਟੀ ਲਾ ਕੇ ਦੇਣ ਨੂੰ ਕਦੇ ਨਹੀਂ ਸੀ ਕਰਦਾ। ਪਰ ਘਰ ਦੀਆਂ ਲੋੜਾਂ ਸੀ ਜਿਹੜੀਆਂ ਨਾਨੇ ਰਹੀ ਉਹਦੀ ਜੇਬ ਚੋਂ ਕੁਛ ਨਾ ਕੁਛ ਕਢਵਾ ਕੇ ਪੂਰੀਆਂ ਹੁੰਦੀਆਂ ਸੀ। ਪਰ ਮਨ ਚ ਗੁੱਸਾ ਦੱਬਿਆ ਹੋਇਆ ਸੀ। ਅੱਜ ਜਿਉਣੀ ਉਹਨੂੰ ਘਰੋਂ ਕੱਢਣ ਦੀ ਹਿੰਦ ਫੜੀ ਹੋਈ ਸੀ ਤਾਂ ਉਹਦਾ ਇੱਕ ਕਾਰਨ ਭਾਈ ਦੇ ਘਰੇ ਉਹਦਾ 헤ਠੀ ਹੋਣੀ ਵੀ ਸੀ ਗੁਰਜੀਤ ਨੂੰ ਲੱਗਦਾ ਸੀ ਉਹ ਚਾਰ ਬੰਦੇ ਵਿੱਚ ਪਾ ਕੇ ਆਪਣਾ ਮਸਲਾ ਹੱਲ ਕਰ ਲਏਗਾ ਅੰਤੋਂ ਇਸ ਗਲਤੀ ਆ ਵੀ ਗਿਆ ਸੀ ਕਿ ਮੰਮੀ ਕੇ ਬੈਠਕ ਪਿੱਛੇ ਕੁਝ ਥਾਂ ਦੇ ਦੇਣ ਉਹ ਆਪਣਾ ਘਰ ਪਾ ਲਵੇ ਇਹ ਗੱਲ ਜੇ ਹੋ ਜਾਏ ਤਾਂ ਮਾੜੀ ਨਹੀਂ ਘਰ ਪਾ ਕੇ ਸੀਟੀ ਰਾਈਂ ਘਰ ਵਸਾ ਲਏਗਾ ਜੇ ਉਹ ਥਾਂ ਮੁੱਲ ਲੈ ਕੇ ਘਰ ਪਾਉਣ ਬਹਿ ਗਿਆ ਤਾਂ ਉਦੋਂ ਵੱਧ ਪੈਸੇ ਘਰ ਤੇ ਹੀ ਲੱਗ ਜਾਣਗੇ ਉਦੀ ਇੱਛਾ ਸੀ ਹੋਰ ਕਿਤੇ ਘਰ ਨਾ ਪਾਉਣਾ ਪਵੇ ਤਾਂ ਚੰਗਾ ਉਹ ਕਿਲਾ ਡੇਢ ਕਿਲਾ ਜ਼ਮੀਨ ਦਾ ਲੈ ਲਏਗਾ ਨਹੀਂ ਪੈਸੇ ਬੈਂਕ 'ਚ ਧਰ ਕੇ ਵਿਆਜ ਖਾਈ ਜਾਏਗਾ ਪਰ ਗੱਲ ਜਿੱਥੋਂ ਚੱਲੀ ਸੀ ਅਜੇ ਉੱਥੇ ਹੀ ਖੜੀ ਸੀ ਅੱਗੇ ਜਾ ਹੀ ਨਹੀਂ ਸੀ ਰਹੀ ਜਿਵੇਂ ਗੋਹ ਬਣ ਕੇ ਪੈੜ ਪੈੜ ਅੜਾ ਲੈ ਹੁਣ ਉਹਦੇ ਮਨ 'ਚ ਆਪਣੇ ਪਿੰਡ ਜਾਣ ਦੀ ਵੀ ਗੱਲ ਆਉਂਦੀ ਉਹਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਦਿਲਬੀਰ ਤੇ ਉਹਦੀ ਮੰਮੀ 'ਚੋਂ ਲਾਲੀ ਬੋਲਦਾ ਹੈ ਦਲਵੀਰ ਕੱਲੀਆਂ ਅੱਖਾਂ ਹੀ ਕੱਢਦਾ ਸੀ ਪਰ ਮਾਮੀ ਨੇ ਕੋਈ ਕਸਰ ਬਾਕੀ ਨਹੀਂ ਸੀ ਛੱਡੀ ਉਹ ਸਿਟੀ ਦੀ ਦੁਕਾਨ ਤੇ ਆਇਆ ਤਾਂ ਉੱਧਾ ਸ਼ਟਰ ਸੁੱਟ ਕੇ ਕੱਪੜੇ ਕੱਟੀ ਜਾਂਦਾ ਸੀ ਆਪ ਉਹ ਕੰਮ ਘੱਟ ਕਰਦਾ ਸੀ ਸ਼ਹਿਰ ਚ ਘਰਾਂ ਚ ਕੰਮ ਕਰਨ ਵਾਲੇ ਕਾਰੀਗਰਾਂ ਨੂੰ ਅੱਧੇ ਭਾਤੇ ਫੜਾਉਂਦਾ ਦੋ ਤਿੰਨ ਦਿਨ ਬਾਅਦ ਲੈ ਆਉਂਦਾ ਆਪ ਉਤਲੇ ਕੰਮ ਤੇ ਰਹਿੰਦਾ ਪੈਸੇ ਨੂੰ ਉਹ ਵਿਹਲਾ ਰਹਿ ਕੇ ਸਿੱਧੇ ਮੱਥੇ ਟੱਕਰਦਾ ਸੀ ਕੰਮ ਕੋਈ ਵੀ ਹੁੰਦਾ ਉਹਨੂੰ ਕੋਈ ਫਰਕ ਨਹੀਂ ਸੀ ਪੈਂਦਾ ਦਨ ਚਿਪ ਚੁਕਿਆ ਸੀ ਆਖਰੀ ਬਸਾਂ ਲੰਘ ਜਾਣ ਕਾਰਨ ਅੱਡੇ ਚ ਰੌਲਾ ਰੱਪਾ ਘਟ ਗਿਆ ਸੀ ਬੇ ਲੜਕਰਾਂ ਨੂੰ ਚਲੇ ਗਏ ਸੀ ਠੇਕੇ ਮੂਰੇ ਚੈਲ ਪੈਲ ਸੀ ਸ਼ਹਿਰ ਚ ਦਿਹਾੜੀ ਕਰਨ ਗਏ ਪਉਆ ਪੀ ਪੀ ਘਰਾਂ ਨੂੰ ਜਾ ਰਹੇ ਸੀ ਅੱਗੜ ਪਿਛੜ ਦੁਕਾਨਾਂ ਬੰਦ ਹੋ ਰਹੀਆਂ ਸੀ ਜਦੋਂ ਮੋਟਰਸਾਈਕਲ ਖੜਾ ਕੇ ਗੁਰਜੀਤ ਦੁਕਾਨ ਚ ਆਇਆ ਤਾਂ ਸੀਟੀ ਨੇ ਸ਼ਾਰੀ ਨਾਲ ਦੁਕਾਨ ਦੇ ਪਿੱਛੇ ਬੜੀ ਰਸੋਈ ਚ ਜਾਣ ਲਈ ਕਿਆ ਦੁਕਾਨ 'ਚ ਬਾਬਾ ਨਾਮਦੇਵ ਦੀ ਫੋਟੋ ਲੱਗੀ ਹੋਣ ਕਰਕੇ ਨਾ ਸ਼ਰਾਬ ਪੀਂਦਾ ਸੀ ਨਾ ਹੀ ਕਿਸੇ ਨੂੰ ਪੇਂਡਦਾ ਸੀ। ਉਹ ਰਸੋਈ 'ਚ ਪਲਾਸਟਿਕ ਦੀ ਕੁਰਸੀ 'ਤੇ ਜਾ ਬੈਠਾ। ਇਹ ਰਸੋਈ ਸੀ ਟੀ ਲਈ ਵਰਦਾਨ ਸੀ। ਨਵੇਂ ਉੱਠਦੇ ਮੁੰਡੇ ਮੀਟ ਲੈ ਆਉਂਦੇ ਨਾਲੇ ਸ਼ਰਾਬ ਵੀ। ਸੀਟੀ ਉਹਨਾਂ ਤੋਂ ਮਸਾਲੇ ਵੀ ਮੰਗਵਾ ਲੈਂਦਾ, ਗੰਡੇ ਵੀ ਉਹ ਚੀਜ਼ ਤੇ ਲਸਣ ਵੀ ਆਦਾ ਵੀ। ਸੀਟੀ ਸਿਰਫ ਲੂਣ ਮਿਰਚ ਮਸਾਲਾ ਪਾਉਂਦਾ ਤੇ ਮੁੰਡਿਆਂ ਨੂੰ ਕਰਦੀਆਂ ਸੀਟੀਆਂ ਗਿਣਨ ਲਈ ਖੜਾ ਪੈਂਦਾ। ਮੁੰਡਿਆਂ ਨੂੰ ਅੰਕਲ ਅੰਕਲ ਕਰਦੇ ਆਪ ਵੀ ਕੱਪੜੇ ਸੁਵਾਉਂਦੇ ਤੇ ਆਪਣੇ ਵਰਗੇ ਹੋਰਾਂ ਨੂੰ ਵੀ ਖਿੱਚ-ਖਿੱਚ ਕੇ ਲਿਆਉਂਦੇ ਆਪਣਾ ਟਿਕਾਣਾ ਬਣਾਈ ਰੱਖਣ ਲਈ ਉਹ ਸਿਟੀ ਦੇ ਸਾਰੇ ਹਰਜੇ ਮਰਜੇ ਚੱਲਦੇ ਥੋੜੇ ਚਿਰ ਬਾਅਦ ਸਿਟੀ ਵੀ ਆ ਗਿਆ ਦੋਵਾਂ ਨੇ ਇੱਕ-ਇੱਕ ਪੈਗ ਲਾਇਆ ਗੁਰਜੀਤ ਕਹਿੰਦਾ ਮਾਮਾ ਮਾਮੇ ਗਿਆ ਨਾਲ ਕੰਮ ਬਹੁਤ ਖਰਾਬ ਹੋਇਆ ਪਿਆ ਗੱਲ ਲੜਨ ਤੇ ਆਈ ਪਈ ਹੈ ਸਿਟੀ ਬੋਲੇ ਮੈਨੂੰ ਸਾਰੀ ਗੱਲ ਦਾ ਪਤਾ ਹੈ ਹੁਣ ਤੁਹਾਡੀ ਲੜਾਈ ਥੋੜੀ ਨਹੀਂ ਰਹੀ ਇਦੇ ਪਿੱਛੇ ਬਹੁਤ ਬੰਦੇ ਆ ਗਏ ਦੱਲੀ ਦੇ ਪਿੱਛੇ ਜਸਵੀਰ ਹੈ ਉਹ ਤੋਂ ਪੂਰਾ ਬਾਹਰ ਨਹੀਂ ਉਹਦਾ ਉਹ ਕਮਾਊ ਪੁੱਤ ਹੈ ਜੇ ਮੇਰੀ ਗੱਲ ਪੁੱਛੇ ਤਾਂ ਅਜੇ ਸਾਰੀ ਗੱਲ ਤੇ ਮਿੱਟੀ ਪਾ ਇੱਧਰ ਉੱਧਰ ਕਿਧਰੇ ਕੰਮ ਪਾਲ ਦੱਲੀ ਤਿੰਨ ਚਾਰ ਮੁੰਡਿਆਂ ਨੂੰ ਨਾਲ ਲਈ ਫਿਰਦਾ ਉਹ ਤੈਨੂੰ ਹੱਥ ਪਾਉਣ ਜੋਗਰੇ ਤਾਂ ਹੈ ਨਹੀਂ ਨਸ਼ੇ ਦੇ ਥੋਥੇ ਕਰੇ ਪਿਆ ਪਰ ਜੇ ਤੈਥੋਂ ਕਿਸੇ ਦੇ ਸੱਟ ਪੇਟ ਵੱਜੀ ਗਲ ਪੈਣ ਵਾਲਾ ਕੰਮ ਹੋ ਜੂਂ ਗਾਂਹ ਤੇਰੀ ਮਰਜ਼ੀ ਗੁਰਜੀਤ ਬੋਲਿਆ ਸਰਪੰਚ ਨਾਲ ਨਾ ਗੱਲ ਕਰਕੇ ਦੇਖਾਂ ਉਹ ਸ਼ਾਇਦ ਕਹਾਣੀ ਕਿਸੇ ਰਾਹ ਪਾ ਦੇ। ਉਹਨਾਂ ਨੂੰ ਕਹਾਣੀ ਰਾਹ ਪਾਉਣ ਦੀ ਕੀ ਲੋੜ ਐ? ਉਹ ਤਾਂ ਉਹਦੀ ਮਦਦ ਕਰਦੇ ਐ ਜਿਹੜੇ ਉਹਨਾਂ ਦੇ ਕੰਮ ਆਉਂਦੇ ਐ। ਤੇਰੇ ਮਾਮੇ ਕੇ ਪਹਿਲਾਂ ਸਰਪੰਚ ਨਾਲ ਸੀ। ਹੁਣ ਉਹ ਜਸਵੀਰ ਨਾਲ ਨੇ। ਇਹਨਾਂ ਦੋਵਾਂ ਦੀ ਇੱਕੋ ਗੱਲ ਐ, ਬਾਰੋਂ ਸਰਪੰਚ ਦਾ ਤੇ ਉਹਦੇ ਭਾਈ ਦਾ ਮੁੰਡਾ ਗਾਲੋ-ਗਾਲੀ ਹੋਏ 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 ਨੇ। ਪਰ ਵਿੱਚੋਂ ਇੱਕ ਨੇ। ਹੁਣ ਅਕਾਲੀ ਸਰਕਾਰ ਐ। ਇਹਨਾਂ ਦੇ ਦੋ ਨੰਬਰ ਦੇ ਧੰਦੇ ਉਵੇਂ ਚੱਲੀ ਜਾਂਦੇ ਐ। ਜੇ ਸਰਪੰਚ ਨਾਲ ਅਨਬਣ ਹੋਵੇ ਉਹ ਵੇਚ ਲੈਣਗੇ दारू, ਵੇਚ ਲੈਣਗੇ ਭੁੱਕੀ। ਤੂੰ ਫੋਜੀਆਂ ਵਾਲੀ ਗੱਲ ਕਰਦਾ ਤੁਸੀਂ ਵਿਚਲੀ ਗੱਲ ਨਹੀਂ ਫੜਦੇ ਹੁੰਦੇ ਉੱਥੇ ਪੈਰਾ ਦੇ ਲਿਆ ਸੌ ਲਿਆ ਖਾ ਲਿਆ ਪੀ ਲਿਆ ਇਹੀ ਗੱਲ ਹੁੰਦੀ ਹੈ ਨਾ ਉਹ ਬੋਲਦਾ ਬੋਲਦਾ ਰੁਕਿਆ ਤੇ ਫਿਰ ਕਹਿਣ ਲੱਗਾ ਬੰਦਾ ਪਿੰਡ ਰਹਿ ਕੇ ਬਣਦਾ ਇੱਥੇ ਰਫਲਾਂ ਸਾਰੇ ਚੱਕੀ ਫਿਰਦੇ ਨੇ ਤੜਕੇ ਤੋਂ ਆਥਣ ਮੋਢੇ ਭਾਲਦੇ ਫਿਰਦੇ ਰਹਿੰਦੇ ਆ ਸਿੱਧਾ ਕੋਈ ਕਿਸੇ ਨਾਲ ਟੱਕਰ ਕੇ ਰਾਜੀ ਨਹੀਂ ਖੱਡ 'ਚ ਹੱਥ ਕਿਸੇ ਦਾ ਪਵਾ ਕੇ ਮੰਤਰ ਆ ਪੜਨਾ ਚਾਹੁੰਦੇ ਆ ਅੱਗ 'ਚ ਪੈਣ ਦੀ ਬਜਾਏ ਭਾਂਡੇ ਪੱਕਣ ਨੂੰ ਫਿਰਿਆ ਫਿਰ ਦੇ ਆ ਭਾਂਜਿਆ ਕੀ ਕੀ ਦੱਸਾਂ ਮੈਂ ਤੈਨੂੰ ਮੈਨੂੰ ਨਹੀਂ ਲੱਗਦੇ ਕਿ ਸਰਪੰਚ ਤੇ ਉਹਦਾ ਭਾਈ ਇੱਕ ਨੇ ਗੁਰਜੀਤ ਨੇ ਕਿਹਾ ਤੂੰ ਬੋਲ ਐ ਸਾਰੇ ਫੌਜੀ ਤੁਸੀਂ ਹੁੰਦੇ ਹੀ ਇਹੋ ਜਿਹੇ ਆ ਜਦੋਂ ਵੋਟਾਂ ਆਉਂਦੀਆਂ ਉਹਦੇ ਹੀ ਆ ਕੇ ਦੇਖਿਆ ਕਰੋ ਪਿਛਲੀ ਚੋਣ ਦੀ ਗੱਲ ਸੁਣ ਲੈ ਜਿਹੜੇ ਘਰ ਸਰਪੰਚਾਂ ਨਾਲ ਸੀ ਉਹਨਾਂ ਨੇ ਤਾਂ ਸਿੱਧੀਆਂ ਵੋਟਾਂ ਪਵਾ ਲਈਆਂ ਜਿਹੜੇ ਜਸਵੀਰ ਕਿਆਂ ਨਾਲ ਸੀ ਉਹਨਾਂ ਨੂੰ दारू ਤੱਕ ਖੁਵਾਈ ਪਿਆਈ ਗਏ ਭੁੱਕੀ ਵਾਲੇ ਨੂੰ ਭੁੱਕੀ ਦਾਰੂ ਵਾਲੇ ਨੂੰ ਦਾਰੂ ਫੀਮ ਵਾਲੇ ਨੂੰ ਫੀਮ ਪੈਸੇ ਵਾਲੇ ਨੂੰ ਪੈਸੇ ਦੇ ਕੇ ਦੋ ਦਿਨ ਪਹਿਲਾਂ ਘਰੇ ਇਕੱਠ ਕਰ ਲਿਆ ਜਸਵੀਰ ਦਾ ਪਿਓ ਕਹਿਣ ਲੱਗਿਆ ਮੇਰੀ ਤੁਹਾਨੂੰ ਹੱਥ ਬਨ ਕੇ ਬੇਨਤੀ ਹੈ ਸਾਡੇ ਭਾਈਆਂ ਦਾ ਇਟ ਕੁੱਤੇ ਵਾਲਾ ਵੈਰ ਹੈ ਜੇ ਨਿਹਾਲਕਿਆਂ ਨੇ ਮੇਰਾ ਭਾਈ ਹਰਾਤਾ ਸਾਰੀ ਗੱਲ ਮੇਰੇ ਤੇ ਆਜੋ ਮੁੰਡੇ ਮਾਰਨ ਮਰਾਉਣ ਨੂੰ ਪਹਿਲਾਂ ਹੀ ਫਿਰਦੇ ਆ ਉਹ ਚੰਗੇ ਆ ਜਾਂ ਮਾੜੇ ਸਾਡੇ ਵਦਨ ਵਾਲਾ ਰੌਲਾ ਰੋਕੋ ਉਸੇ ਵੇਲੇ ਲੋਕਾਂ ਨੂੰ ਹੱਥ 'ਚ ਕਰਕੇ ਇਕੱਲੇ ਇਕੱਲੇ ਨੂੰ ਅੰਦਰ ਲੈ ਜਾ ਕੇ ਜਿਵੇਂ ਕੋਈ ਲੋਟ ਆਇਆ ਕਰ ਲਿਆ ਹੇਟਲਿਆਂ ਤੋਂ ਪਾਣੀ ਦੀਆਂ ਚੂਲੀਆਂ ਭਰ ਆ ਲੀਆਂ ਕਿਸੇ ਨੂੰ ਕਿਵੇਂ ਕਿਸੇ ਨੂੰ ਕਿਵੇਂ ਆਪਦਾ ਕੰਮ ਕੱਢ ਲਿਆ ਹੁਣ ਮੂਰੇ ਚੋਣਾ ਹੋਣਗੇ ਕਾਂਗਰਸ ਦੀ ਸਰਕਾਰ ਆ ਕਾਂਗਰਸ ਦੀ ਸਰਕਾਰ ਆ ਜੁ ਜਸਵੀਰ ਤੋਂ ਕਾਂਗਰਸੀ ਬਾਹਰ ਨਹੀਂ ਸਰਪੰਚ ਅਕਾਲੀਆਂ ਵਾਲੇ ਪਾਸੇ ਮੂਰੇ ਕੀਤਾ ਹੋਇਆ ਅੱਛਾ ਅੱਛਾ ਇਹ ਗੱਲ ਆ ਵਿੱਚੋਂ ਗੁਰਜੀਤ ਨੇ ਕਿਹਾ ਸੀਟੀ ਨੇ ਦੂਜਾ ਪੈਗ ਪਾਤਾ ਗੈਸ ਨਾਲ ਗਰਮ ਕਰਕੇ ਮੀਟ ਦੀਆਂ ਕੋਲੀਆਂ ਵੀ ਭਰ ਲਈਆਂ ਸੀਟੀ ਨੇ ਕਿਹਾ ਜੇ ਤੂੰ ਬਾਹਰ ਕੰਮ ਕਰ ਵੇਖ ਉਦੋਂ ਪਿੱਛੋਂ ਵੇਖਾਂਗੇ ਕੀ ਬਣਦਾ ਮੈਨੂੰ ਲੱਗਦਾ ਤੇਰੇ ਆਲਾ ਭਾਈ ਸਿਰੇ ਨਹੀਂ ਚੜਦਾ ਨਾਨਾ ਤੇਰਾ ਹੂੰ ਪੁੱਗਿਆ ਪਿਆ ਮਾਮਾ ਵੀ ਝੜ ਗਿਆ ਪਿਆ 2 ਕਿਲੋ ਭੁੱਕੀ ਖਾਂਦਾ ਮਹੀਨੇ ਦੀ ਜਸਵੀਰ ਕਿਆਂ ਤੋਂ ਹੀ ਹੁਣ ਤੱਕ ਉਧਾਰੀ ਸੁਧਾਰੀ ਲੈਂਦੇ ਰਹੇ ਹੁਣ ਦੱਲੀ ਨਾਲ ਗਲਾਲਦੇ ਹਾਲੇ ਤੂੰ ਤੇਲ ਦੇਖ ਤੇਲ ਦੀ ਧਾਰ ਦੇ ਕਾਲਾ ਨਾ ਵਾਗ ਜਦੋਂ ਤੀਜਾ ਪੈਗ ਪਾਇਆ ਤਾਂ ਗੁਰਜੀਤ ਕਹਿੰਦਾ ਵੱਡੇ ਭਾਈ ਤੇ ਮੇਰੀਆਂ ਅੱਖਾਂ ਖੋਲਤੀਆਂ ਮੈਂ ਸਰਪੰਚਾਂ ਦੇ ਘਰੇ ਜਾਣ ਨੂੰ ਫਿਰਦਾ ਸੀ ਪਰ ਹੁਣ ਨਹੀਂ ਜਾਂਦਾ ਕੀ ਲੋੜ ਔਲਾ ਹੋਣ ਦੀ ਕੱਲ ਨੂੰ ਮੈਂ ਜਾਣਾ ਆਪਦੇ ਪਿੰਡ ਉੱਥੇ ਦੇਖੂੰ ਕੀ ਰੰਗ ਟੰਗ ਹੈ ਜੇ ਕੁਝ ਪੱਲੇ ਪੈਂਦਾ ਦਿਸਿਆ ਉੱਥੇ ਰਹਿ ਪੂੰ ਨਾ ਪੈਂਦਾ ਹੋਇਆ ਕੰਮ ਤੇ ਆ ਲਗੂੰ ਪੰਜ ਚਾਰ ਦਿਨ ਦੇ ਅੰਦਰ ਅੰਦਰ ਮੈਨੂੰ ਸਿਕਿਉਰਿਟੀ ਗਾਰਡ ਰਖਾਉਣ ਵਾਲੀ ਕੰਪਨੀ ਦਾ ਫੋਨ ਆਉਣ ਵਾਲਾ ਹੈ ਧੰਨਵਾਦ ਚਲਦਾ